ਹੈਲੋ ਹਾਂਜੀ ਦੋਸਤੋ ਵੈਲਕਮ ਕਰਦੇ ਹਾਂ ਤੁਹਾਡੇ ਪੰਜਾਬ ਜੋਬ ਸਰਚ ਅਫੀਸ਼ੀਅਲੀ YouTube ਚੈਨਲ ਵਿੱਚ ਅੱਜ ਤੁਹਾਡੇ ਲਈ ਲੈ ਕੇ ਆਇਆ ਬਿਲਕੁਲ ਨਵੀਂ ਜਿਹੜੀ ਅਪਡੇਟ ਆ ਚੁੱਕੀ ਹੈ ਜੀ ਲੇਡੀਜ਼ ਵਾਸਤੇ ਬਹੁਤ ਵੱਡੀਆਂ ਸਹੂਲਤਾਂ ਦਾ ਐਲਾਨ ਕਰ ਦਿੱਤਾ ਗਿਆ 5ਵੀਂ ਪਾਸ ਕੁੜੀਆਂ ਵਾਸਤੇ 5000 ਰੁਪਏ 10ਵੀਂ ਪਾਸ ਵਾਸਤੇ 15000 12ਵੀਂ ਪਾਸ ਵਾਸਤੇ 20000 ਰੁਪਏ ਮਿਲਣਗੇ ਤੁਹਾਨੂੰ ਮੈਂ ਵੀਡੀਓ ਵਿੱਚ ਪੂਰੀ ਜਾਣਕਾਰੀ ਦੇਵਾਂਗਾ ਉਸ ਤੋਂ ਪਹਿਲਾਂ ਇੱਕ ਛੋਟੀ ਜੀ ਰਿਕਵੈਸਟ ਹੈ ਕਿ ਜਲਦੀ ਜਲਦੀ ਵੀਡੀਓ ਨੂੰ ਲਾਈਕ ਅਤੇ ਆਪਣੇ ਯਾਰਾਂ ਦੋਸਤਾਂ ਦੇ ਵਿੱਚ ਸ਼ੇਅਰ ਜ਼ਰੂਰ ਕਰ ਦਿਓ ਜੇ ਤੁਸੀਂ ਬੇਰੋਜ਼ਗਾਰ ਹੋ ਤੁਸੀਂ ਵੀ ਕਿਸੇ ਨੌਕਰੀ ਦੀ ਭਾਲ ਦੇ ਵਿੱਚੋਂ ਜਾਂ ਸਰਕਾਰੀ ਨੌਕਰੀ ਜਾਂ ਸਰਕਾਰੀ ਸਕੀਮ ਦਾ ਅਪਡੇਟ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਸਾਡੇ ਪੰਜਾਬ ਜੋਬ ਸਰਚ ਅਫੀਸ਼ੀਅਲੀ YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ 올 ਨੋਟੀਫਿਕੇਸ਼ਨ ਵਾਲਾ ਬਟਨ ਜਰੂਰ ਦਬ ਤੋ ਲਈ ਨਵੀਆਂ ਤੋਂ ਨਵੀਆਂ ਭਰਤੀ ਵਾਲੀਆਂ ਵੀਡੀਓ ਲੈ ਕੇ ਆਉਂਦੇ ਰਹੇ ਹਾਂ ਤੁਸੀਂ ਸਾਡੇ WhatsApp ਗਰੁੱਪ ਦੇ ਵਿੱਚ ਵੀ ਜੁਆਇਨ ਹੋ ਸਕਦੇ ਹੋ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਵੇਗਾ ਬਾਕੀ ਵੀਡੀਓ ਦੇ ਆਈ ਬਟਨ ਦੇ ਵਿੱਚ ਐਂਡ ਸਕਰੀਨ ਦੇ ਉੱਪਰ ਹੋਰ ਤੁਹਾਨੂੰ ਬਹੁਤ ਭਰਤੀ ਸੰਬੰਧੀ ਸਰਕਾਰੀ ਸਕੀਮਾਂ ਸੰਬੰਧੀ ਵੀਡੀਓ ਸੋ ਹੋਣਗੀਆਂ ਉਹ ਵੀ ਦੇਖਣ ਤੋਂ ਬਾਅਦ ਤੁਸੀਂ ਉਹਨਾਂ ਸਕੀਮਾਂ ਨਾਲ ਭਰਤੀ ਦਾ ਵੀ ਲਾਭ ਉਠਾ ਸਕਦੇ ਹੋ ਚਲੋ ਹੁਣ ਤੁਹਾਨੂੰ ਲੈ ਕੇ ਚੱਲਦੇ ਹਾਂ ਅਪਡੇਟ ਦੇ ਦੋਸਤੋ ਆਪਾਂ ਅਪਡੇਟ ਦੇ ਉੱਪਰ ਆ ਚੁੱਕੇ ਹਾਂ ਤੁਸੀਂ ਦੇਖ ਸਕਦੇ ਹੋ ਨਵਜੋਤ ਸਿੰਘ ਸਿੱਧੂ ਵੱਲੋਂ ਔਰਤਾਂ ਲਈ ਜਿਹੜੇ ਵੱਡੇ ਐਲਾਨ ਕਰ ਦਿੱਤੇ ਗਏ ਨੇ ਜਿਵੇਂ ਜਿਹੜਾ ਪਹਿਲਾ ਐ ਅਤੇ 8 ਸਿਲੰਡਰ ਦੇਵੇਗੀ ਸਰਕਾਰ ਠੀਕ ਹੈ ਜੀ ਉਸ ਤੋਂ ਬਾਅਦ ਪੰਜਵੀਂ ਪਾਸ ਲੜਕੀਆਂ ਨੂੰ 5000 10ਵੀਂ ਪਾਸ ਲੜਕੀਆਂ ਨੂੰ 15000 ਅਤੇ 12ਵੀਂ ਪਾਸ ਲੜਕੀਆਂ ਨੂੰ 20000 ਰੁਪਏ ਦਿੱਤੇ ਜਾਣਗੇ ਠੀਕ ਹੈ ਜੀ ਉਸ ਤੋਂ ਬਾਅਦ ਕਾਲਜ ਜਾਣ ਵਾਲੀਆਂ ਲੜਕੀਆਂ ਨੂੰ ਐਕਟਿਵਾ ਸਕੂਟਰ ਦਿੱਤੀ ਜਾਵੇਗੀ ਫਿਰ ਉਸ ਤੋਂ ਬਾਅਦ ਉਚੇਰੀ ਜਿਹੜੀ ਪੜ੍ਹਾਈ ਕਰਨ ਲਈ ਲੜਕੀਆਂ ਨੂੰ ਟੈਬਲੇਟ ਦਿੱਤੇ ਜਾਣਗੇ ਉਸ ਤੋਂ ਬਾਅਦ ਲੜਕੀਆਂ ਦੇ ਨਾਮ ਦੀ ਜਿਹੜੀ ਰਜਿਸਟਰੀ ਮੁਫਤ ਫ੍ਰੀ ਕੀਤੀ ਜਾਵੇਗੀ ਲਾਰੇ ਨੇ ਇਹ ਜਾਇਨਾ ਨੂੰ ਸਰਕਾਰ ਨਿਭਾਵੇਗੀ ਇਹ ਤਾਂ ਆਉਣ ਵਾਲੀਆਂ ਵੋਟਾਂ ਤੋਂ ਬਾਅਦ ਹੀ ਪਤਾ ਲੱਗੇਗਾ ਸਰਕਾਰ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ ਬਾਕੀ ਤੁਸੀਂ ਇਹਦੇ ਬਾਰੇ ਆਪਣੇ ਸੁਝਾਅ ਜਰੂਰ ਦਿਓ ਕਿ ਤੁਹਾਨੂੰ ਇਹ ਆਪਣੇ ਗੱਪ ਲੱਗਦੇ ਨੇ ਜਾਂ ਪੰਜਾਬ ਸਰਕਾਰ ਇਹਦੇ ਉੱਪਰ ਅਮਲ ਕਰੇਗੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਬਾਏ ਬਾਏ ਜਾਇਨਾ